ਸੁਭਾਅ ਦੇ ਅਧੀਨ ਹੈ ਆਦਮੀ। ਆਦਮੀ ਹਰੇਕ ਆਪਣੇ ਸੁਭਾਅ ਦਾ ਗੁਲਾਮ ਹੈ, ਸੁਭਾਅ ਦਾ ਗੁਲਾਮ ਹੈ, ਇਹ ਹੋਮੇ ਦਾ ਗੁਲਾਮ ਹੈ। ਅਸਲ ਦੇ ਵਿੱਚ ਚਾਕਰ ਲੱਗੇ ਚਾਕਰੀ, ਨਾਲੇ ਤਾਂ ਚਾਕਰ ਚਾਕਰੀ ਲੱਗ ਗਿਆ, ਭਗਤੀ ਕਰਨ ਲੱਗ ਗਿਆ, ਨਾਲੇ ਕਰਦਾ ਆਪਣੀ ਮਰਜ਼ੀ। ਗਰਭਵਾਦ, ਗਰਭਵਾਦ ਕੀ ਹੈ? ਰਹਿਤ ਚਾਕਰੀ ਹੈ, ਮਰਿਆਦਾ ਗਰਭਵਾਦ। ਮਰਿਆਦਾ ਸਾਡੀ ਮਰਜ਼ੀ ਹੈ, ਰਹਿਤ ਬਣਾਈ ਹੈ ਗੁਰੂ ਨੇ, ਮਰਿਆਦਾ ਬਣਾਈ ਹੈ ਆਦਮੀ ਨੇ। ਇਹ ਮਰਿਆਦਾ ਹੀ ਗਰਭਵਾਦ ਹੈ ਜਿਹੜੀ ਬਾਲ ਲਈ ਗੁਰਦੁਆਰੇ 'ਚ। ਕਹਿੰਦਾ ਰਹਿਤ ਪਿਆਰ ਹੀ ਮੁਝ ਕੋ, ਸਿੱਖ ਪਿਆਰਾ ਨਾ ਰਹਿਣੀ, ਰਹਿਤ ਰਹਿ ਸੋ ਸਿੱਖ ਮੇਰਾ, ਉਹ ਸਾਹਿਬ ਮੈਂ ਉਸਕਾ ਚਿਹਰਾ। ਮਰਿਆਦਾ, ਮਰਿਆਦਾ ਗਰਭਵਾਦ ਹੈ। ਗਰਭਵਾਦ ਆਪਣੀ ਮਰਜ਼ੀ ਬਾਲ ਲਈ ਵਿੱਚ। ਮੁਸਲਮਾਨ ਕਿੱਥੇ ਹੋ ਗਏ ਨੇ? ਸ਼ਰ੍ਹਾ ਤੋਂ। ਸ਼ਰ੍ਹਾ ਜਿਹੜੀ ਹੈ ਮੁਸਲਮਾਨਾਂ ਸਿਫਤ ਸ਼ਰੀਅਤ ਕਿਹਾ ਸੀ ਨਾ, ਪੜ੍ਹ ਪੜ੍ਹ ਕਰੇ ਵਿਚਾਰ, ਪਰ ਬੰਦੇ ਸੋ ਜੇ ਰਹੇ ਵਿੱਚ ਬੰਦੀ ਵੇਖਣ ਕੋ ਦਿੱਤਾ, ਬੰਦੇ ਤਾਂ ਉਹ ਨੇ। ਸ਼ਰ੍ਹਾਂ 'ਚ ਰਹਿਣ ਵਾਲਿਆਂ ਨੂੰ ਸ਼ਰੀਆਂ ਨੂੰ ਬੰਦੇ ਨਹੀਂ ਮੰਨਿਆ ਹੋਇਆ, ਬੰਦੇ ਬੰਦੀ 'ਚ ਰਹਿਣ ਵਾਲਿਆਂ ਨੂੰ ਮੰਨਿਆ ਹੋਇਆ, ਹੁਕਮ ਪਾਣਾ ਮੰਨਣ ਵਾਲਿਆਂ ਨੂੰ ਮੰਨਿਆ ਹੋਇਆ। ਇਹ ਜੋ ਮਰਿਆਦਾ ਹੈ ਨਾ, ਇਹ ਗਰਭਵਾਦ ਹੈ, ਔਰ ਇਹਦਾ ਹੀ ਝਗੜਾ। ਰਹਿਤਾ ਨਹੀਂ ਝਗੜਾ ਕੋਈ, ਜਿੱਥੇ ਝਗੜਾ ਮਰਿਆਦਾ ਦਾ। ਘਰ 'ਚ ਝਗੜਾ ਉਹ ਆਪਣੀ ਮਰਜ਼ੀ ਦਾ, ਮਰਿਆਦਾ ਅਸਲ 'ਚ ਮਰਜ਼ੀ ਦਾ ਦੂਆ ਨਾ ਮਰਿਆਦਾ ਹੈ। ਮਰਿਆਦਾ ਅਸੀਂ ਇੱਕ ਸਮੁੱਚੇ ਤੌਰ 'ਤੇ ਬਣਾ ਲਈ, ਕੁਲੈਕਟਿਵ ਤੌਰ 'ਤੇ ਬਣਾ ਲਈ, ਪਰ ਮਰਿਆਦਾ ਵੀ ਡੇਰਿਆਂ ਦੀ ਅਲੱਗ ਅਲੱਗ ਹੈ, ਫਿਰ ਆਪਣੀ ਆਪਣੀ ਹੈ। ਆਪਣੇ ਆਪਣੇ ਕਿਵੇਂ ਹੋ ਗਈ ਜੀ? ਸਾਡੀ ਮਰਿਆਦਾ ਜੀ, ਗੁਰੂ ਦੀ ਤਾਂ ਕੋਈ ਨਾ ਹੋਈ। ਗੁਰੂ ਨੇ ਸਿਰਫ ਰਹਿਤ ਦਿੱਤੀ ਹੈ ਤਾਂ ਕੋਈ ਝਗੜਾ ਨਹੀਂ, ਇੱਕ ਗੱਲ ਦਾ ਝਗੜਾ ਜਿਹੜੀ ਰਹਿਤ ਵਿੱਚ ਮਾਲਾ ਵਾਲ ਲਈ ਇਹਨਾਂ ਨੇ। ਰਹਿਤ ਦੇ ਵਿੱਚ ਮਾਲਾ ਨਹੀਂ ਦੇ ਰਹੇ ਸਾਨੂੰ, ਮਾਲਾ ਪੰਡਿਤ ਦੀ ਹੈ, ਉਸੇ 'ਤੇ ਉਂਗਲੀ ਉੱਠਦੀ ਹੈ ਮਾਲਾ 'ਤੇ। ਸਾਡੀ ਰਹਿਤ ਵਿੱਚ ਆਤਮਕੀ ਰਹਿਤ ਤਾਂ ਗੁਰਬਾਣੀ ਹੈ, ਉਹਦਾ ਤਾਂ ਕੋਈ ਰੌਲਾ ਨਹੀਂ। ਜਿਹੜੀ ਸਰੀਰਕ ਰਹਿਤ ਵੀ ਹੈ ਉਹਦੇ ਵਿੱਚ ਤਾਂ ਕੋਈ ਝਗੜਾ ਨਹੀਂ ਕਿਸੇ ਦਾ। ਪੰਜ ਤਾਂ ਕੋਈ ਛੇਵਾਂ ਨਹੀਂ ਕਹਿੰਦਾ, ਚਾਰ ਨਹੀਂ ਕਹਿੰਦਾ ਕੋਈ। ਰਹਿਤ ਵਿੱਚ ਥੋੜ੍ਹਾ ਜਿਹਾ ਝਗੜਾ ਪਾਉਣ ਲੱਗੇ ਸੀ, ਕੁੱਠਾ ਨਹੀਂ ਖਾਣਾ ਦੀ ਜਗ੍ਹਾ ਇਹ ਕੋਸ਼ਿਸ਼ ਕੀਤੀ ਸੀ ਇਹਨਾਂ ਨੇ। ਜੱਥੇ ਵਾਲਿਆਂ ਨੇ ਮਾਂਸ ਨਹੀਂ ਖਾਣਾ ਕਹਿ ਦੀ, ਕਿਉਂ ਹਿੰਦੂ ਨੇ ਨਾ, ਉਹ ਸਨਾਤਨੀ ਨੇ ਨਾ, ਬਸ ਇਹ ਤਾਂ ਥੋੜ੍ਹਾ ਜਿਹਾ ਕਹਿਣ ਲੱਗੇ ਤੇ ਜਦੋਂ ਸ਼ਿਕਾਇਤ ਕਰਤੀ ਫਤਿਹਗੜ੍ਹ ਸਾਹਿਬ ਜਦੋਂ ਤੁਹਾਨੂੰ ਕਰ ਲਿਆ ਵੀ ਤੁਹਾਨੂੰ ਕਿਹਨੇ ਕਿਹਾ ਹੈ, ਦੱਸੋ ਕਿੱਥੇ ਤੁਸੀਂ ਕਿਹਨੂੰ ਪੁੱਛ ਕੇ ਕਹਿਣ ਲੱਗੇ। ਅੜਾ ਹੈਡ ਗ੍ਰੰਥੀ ਹੈ ਨਾ, ਇਹੀ ਲੱਗ ਗਿਆ ਸੀ ਕਹਿਣ ਜਸਵਿੰਦਰ, ਇਹਦੀ ਸ਼ਿਕਾਇਤ ਕਰਤੀ ਅਗਲਿਆਂ ਨੇ, ਇਹ ਮਾਫ਼ੀ ਮੰਗ ਕੇ ਛੁੱਟਿਆ ਸੀ। ਕਿਉਂ ਉਹ ਕਹਿ ਦਿੰਦੇ ਨੇ, ਦੂਏ ਲਾਲਚ ਦੇ ਦਿੰਦੇ ਨੇ, ਪੈਸੇ ਦੇ ਦਿੰਦੇ ਨੇ ਵੀ ਆਹ ਚੀਜ਼ ਲੈ ਲਓ, ਜਿਵੇਂ RSS ਵਾਲੇ ਪੈਸੇ ਦੇ ਕੇ ਸਾਡੇ ਬੰਦਿਆਂ ਨੂੰ ਪਾੜਦੇ ਨੇ। ਧਰਮਾਲੇ ਵਾਲਾ ਹੋਰ ਕੀ ਹੈ, ਉਹ ਪੈਸੇ ਦੇ ਕੇ ਖੜਾ ਕੀਤਾ ਹੋਇਆ, ਹੁਣ RSS ਨੂੰ 50 ਕਰੋੜ ਰੁਪਈਆ ਦਿੱਤਾ ਤਾਂ ਹੋਰ ਖਾਤੇ ਸੜਿਆ, ਇਸੇ ਕੰਮ 'ਤੇ ਲਾਇਆ ਉਹਨਾਂ ਨੇ। ਇਸੇ ਕੰਮ 'ਤੇ ਲਾਇਆ, ਬੰਦੇ ਖਰੀਦੇ ਨੇ। ਜਿਹੜਾ ਬੰਦਾ ਮੇਰੇ ਕੋਲ ਆਇਆ ਸੀ ਨਾ RSS ਦਾ, ਜਾਂ ਸੁਖਮਣੀ ਸਾਹਿਬ ਲਿਖਦਾ ਸੀ, ਉਹਨੇ ਦੱਸਿਆ ਵੀ 36 ਲੱਖ ਰੁਪਈਆ ਦਿੱਤਾ ਸੀ ਉਹ ਟ੍ਰੇਨ ਨੂੰ ਇਹਨਾਂ ਨੂੰ RSS ਨੇ। ਕਹਿੰਦਾ ਅਸੀਂ ਦਵਾਇਆ ਸੀ, ਮੈਂ ਦਵਾਇਆ ਸੀ, ਔਰ ਜਦੋਂ ਗੁਰੂ ਗ੍ਰੰਥ ਸਾਹਿਬ ਲੈ ਗਏ ਨੇ ਉੱਥੇ ਝਗੜਾ ਨਹੀਂ ਹੋਇਆ ਇਹਨਾਂ ਦਾ ਕਲੇਰਾਂ ਵਾਲਿਆਂ ਦਾ। 36 ਲੱਖ ਰੁਪਈਏ ਦੀ ਉਹਨਾਂ ਨੇ ਬੁੱਕ ਰੱਖ ਦਿੱਤਾ ਸੀ, ਕਲੇਰਾਂ ਉਹ 36 ਲੱਖ ਰੁਪਈਏ ਕਿੱਥੋਂ ਲਾਉਂਦੇ? ਉਹਨਾਂ ਦੇ ਬਣਾਏ ਹੋਏ 10 ਪਾਤਸ਼ਾਹ ਦੀ ਮੂਰਤੀ ਬਣਾਈ ਸੀ ਇਹਨਾਂ ਨੇ, ਕਦੇ ਬਣਾਈ ਸੀ? ਉਹਨਾਂ ਦੀ ਚੱਕ ਜਾ ਕੇ ਉਹਨੇ ਪੈਸੇ ਦਿੰਦੇ ਨੇ, ਉਹ ਕਰਾਉਣਗੇ ਵੀ ਇਹਨਾਂ 'ਤੇ ਐਵੇਂ ਦੇਣਗੇ ਪੈਸੇ। ਜਿਹੜੇ ਉਹ ਜਿਹਾ ਗੁਰਦੁਆਰਾ ਉਹਦੀ ਟਾਈਪ 'ਤੇ ਬਣਾ ਰਹੇ ਨੇ,
ਹਰਿਮੰਦਰ ਸਾਹਿਬ ਦੇ ਉਹ ਕਿਤੇ ਐਵੇਂ ਬਣਾ ਰਹੇ ਹੋ, ਸਾਜਿਸ਼ ਆ ਵੀ ਉਹਦੇ ਪਿੱਛੇ, ਇਹ ਸਭ ਸਾਜਿਸ਼ਾਂ ਨੇ। ਸਾਜਿਸ਼ਾਂ ਕਰਦੇ ਨੇ, ਉਹਨਾਂ ਨੂੰ ਪਤਾ ਵੀ ਦੂਏ ਗਿਆਨਵਾਨ ਤਾਂ ਹੈ ਨਹੀਂ, ਫੁੱਟ ਕਿਸੇ ਨਾ ਕਿਸੇ ਗੱਲ 'ਤੇ ਇਹਨਾਂ 'ਚ ਫੁੱਟ ਪੈ ਜਾਵੇ, ਫੁੱਟ ਪੈ ਗਏ ਵੋਟਾਂ ਹੁਣ ਸਿੱਖੀ 'ਤੇ ਤਾਂ ਉਹਨਾਂ ਨੇ ਵੀ ਨਹੀਂ ਕੁਛ ਲੈਣਾ, ਇਹਨਾਂ ਨੇ ਵੀ ਨਹੀਂ ਲੈਣਾ। ਕੋਈ ਸਿਆਸੀ ਗੱਲ ਨਹੀਂ ਹੈ ਦੋਹਾਂ ਪਾਸਿਆਂ 'ਤੇ। ਖੈਰ ਜਿਹੜੀ ਮਰਿਆਦਾ ਝਗੜਾ ਮਰਿਆਦਾ ਦਾ, ਰਹਿਤ ਤਾਂ ਕੋਈ ਝਗੜਾ ਨਹੀਂ, ਰਹਿਤ ਤਾਂ ਬਾਣੀ ਹੈਗੀ ਹੈ। ਹਾਂ ਅਰਥਾਂ ਦੀ ਗੱਲ, ਅਰਥ ਠੀਕ ਹੋ ਸਕਦੇ ਨੇ, ਅਰਥਾਂ ਦਾ ਵਿਚਾਰ ਹੁੰਦੀ ਰਹਿੰਦੀ ਹੈ, ਸੈਮੀਨਾਰ ਹੁੰਦੇ ਰਹਿੰਦੇ ਨੇ, ਜਿੱਥੇ ਕਿਤੇ ਠੀਕ ਤਸੱਲੀ ਹੁੰਦੀ ਹੈ ਮੰਨ ਵੀ ਲੈਂਦੇ ਨੇ। ਮਰਿਆਦਾ ਵਾਲੀ ਗੱਲ ਮੰਨੀ ਔਖੀ ਹੈ, ਮਰਿਆਦਾ ਵਾਲੀ ਗੱਲ। ਪਿੰਡਾਂ ਵਾਲੇ ਆਪਣੀ ਮਰਿਆਦਾ ਹੀ ਲਾਗੂ ਕਰਨੀ ਚਾਹੁੰਦੇ ਸੀ ਇੱਥੇ ਅਕਾਲ ਤਖ਼ਤ 'ਤੇ, ਹੋਰ ਕੀ ਗੱਲ ਸੀ, ਇਹੀ ਗੱਲ ਸੀ ਸਾਡੀ ਮਰਿਆਦਾ ਲਾਗੂ ਹੋਣੀ ਚਾਹੀਦੀ। ਗੁਰੂ ਦੀ ਤਾਂ ਫਿਰ ਮਰਿਆਦਾ ਕੋਈ ਨਾ ਹੋਈ, ਗੱਲ ਗੁਰੂ ਦੀ ਮਰਿਆਦਾ ਦੀ, ਗੁਰੂ ਨੇ ਕੋਈ ਮਰਿਆਦਾ ਨਹੀਂ ਬਣਾਈ। ਪਰਮੇਸ਼ਰ ਨੇ ਤਾਂ ਸਾਨੂੰ ਹੁਕਮ ਦਿੱਤਾ, ਹੁਕਮ 'ਚ ਮਰਿਆਦਾ ਦਾ ਮਤਲਬ ਹੀ ਨਹੀਂ ਕੋਈ ਹੁੰਦਾ। ਸਮਾਂ ਮਰਿਆਦਾ 'ਚ ਬੰਨਿਆ ਹੋਇਆ, ਰਹਿ ਰਾਸ ਦਾ ਸਮਾਂ ਨਾ, ਗੁਰਬਾਣੀ ਸਮੇਂ ਨੂੰ ਮੰਨਦੀ ਹੈ ਨਹੀਂ, ਇਹ ਤਾਂ ਹਿੰਦੂ ਵਾਦ ਦਾ ਸੀ ਸਮਾਂ ਤਾਂ, ਸੰਧਿਆ ਪ੍ਰਭਾਤ ਆਰਤੀ ਇਹ ਉਹ ਸਭ ਚੀਜ਼ਾਂ, ਉਹ ਕਹਿੰਦੇ ਭਗਤੀ ਕਰਨ ਦਾ ਕੋਈ ਸਮਾਂ ਹੀ ਨਹੀਂ ਹੁੰਦਾ। ਸਾਹ ਸਾਹ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੇ ਚੰਦ, ਇਹ ਸਭ ਬਾਣੀ ਕੀ ਨੇ। ਇਹ ਜਿਹੜੇ ਮਰਿਆਦਾ ਆ ਕੇ ਬਣ ਗਈ, ਇਹਨੇ ਮੰਦਰ ਬਣਾ ਤੇ, ਪੂਜਾ ਦੇ ਸਥਾਨ ਬਣਾ ਤੇ, ਜਿਹੜੇ ਸੀ ਨਾ ਕਾਲਜ ਜਾਂ ਸਕੂਲ 4 ਸਾਲ ਗੁਰੂ ਦੀ, ਇਹ ਮੰਦਰ ਬਣਾ ਤੇ ਪੂਜਾ ਦਾ ਸਥਾਨ ਬਣਾ ਤਾ, ਇਹ ਮਰਿਆਦਾ ਨੇ ਬਣਾਇਆ। ਮਰਿਆਦਾ ਹਟ ਜਾ ਸਕੂਲ ਨੇ, ਮਰਿਆਦਾ ਹਟ ਜਾ ਸਕੂਲ ਨੇ, ਫਿਰ ਇਹ ਤਾਂ ਪੜ੍ਹਾਈ ਹੈ। ਬਾਕਾਇਦਾ ਕਲਾਸਾਂ ਲੱਗਣ, ਪਹਿਲੀ ਕਲਾਸ ਵਾਲੇ ਨੇ, ਦੂਜੀ ਵਾਲੇ ਨੇ, ਤੀਜੀ ਵਾਲੇ ਨੇ, ਚੌਥੀ ਵਾਲੇ ਨੇ, 4 ਕਲਾਸਾਂ ਨੇ, 5ਵੀਂ ਹੈਗੀ ਹੈ, 4 ਕੈਡਾ ਕਰੀਆਂ ਨੇ ਇਹਦੇ ਵਿੱਚ ਗੁਰਬਾਣੀ, 4 ਪਦਾਰਥ ਨੇ। ਚਲੋ 10 ਸਾਲ 'ਚ ਪੜ੍ਹਾ ਲੈਣ, 20 ਸਾਲ 'ਚ ਪੜ੍ਹਾ ਲੈਣ, ਉਹ ਨਹੀਂ ਗੱਲ ਹੈ, ਸਾਰੀ ਉਮਰ ਪੜ੍ਹਦਾ ਰਹੇ ਚਾਹੇ, ਜਿੰਨਾ ਚਿਰ ਸਮਝ ਨਹੀਂ ਆਉਂਦੀ ਉਨ੍ਹਾਂ ਚਿਰ ਪੜ੍ਹਦਾ ਰਹੇ। ਪਰ ਜਿਹੜੇ ਡਿਵੈਲਪ ਹੋ ਜਾਣ ਉਹ ਗਾਹਾਂ ਦੇ ਚਲੇ ਜਾਣ, ਜਿਹੜੇ ਡਿਵੈਲਪ ਨਹੀਂ ਹੁੰਦੇ ਹੁਣ 4-4 ਸਾਲ ਵੀ ਤਾਂ ਫੇਲ ਹੋ ਹੀ ਜਾਂਦੇ ਨੇ, ਸੁਣੀ ਜਾਣ ਸੰਗਤ ਵਿੱਚ ਬਹਿ ਕੇ। ਨਵੇਂ ਆਉਂਦੇ ਨੇ ਉਹ, ਨਵੇਂ ਵਾਲੇ ਇੱਥੋਂ ਪੜ੍ਹੀ ਜਾਣ, ਜਿਹੜੇ ਉਹ ਗਾਹਾਂ ਹੋ ਜਾਂਦੇ ਨੇ ਉਹ ਗਾਹਾਂ ਦੀ ਗੱਲ ਪੜ੍ਹੀ ਜਾਣ। ਇਹ ਨਹੀਂ ਹੈ ਵੀ ਸਾਖੀਆਂ ਸੁਣਾ ਕੇ ਘਰ ਨੂੰ ਭੇਜ ਦਿਉ, ਹਰ ਸਾਲ ਉਹੀ ਸਾਖੀ ਸੁਣਾ ਕੇ ਭੇਜ, ਫਿਰ ਕੁਛ ਨਹੀਂ ਮਿਲਣ ਵਾਲਾ ਇਹ 'ਚ। ਗੁਰਬਾਣੀ ਦਾ ਅਰਥਬੋਧ ਕਰਾਓ, ਅਰਥਬੋਧ, ਅਰਥਬੋਧ ਨਾਲ ਪਾਠਬੋਧ ਆਪੇ ਠੀਕ ਹੋਜੂ। ਜੇ ਪਾਠਬੋਧ ਦੇ ਵਿੱਚ ਕਿਤੇ ਖਰਾਬੀ ਹੈ ਨਾ, ਪਾਠ ਅੰਤਰ ਹੈ, ਅਰਥਬੋਧ ਨਾਲ ਆਪੇ ਠੀਕ ਹੋਜੂਗਾ। ਅਰਥਬੋਧ ਬਿਨਾਂ ਪਾਠ ਅੰਤਰ ਠੀਕ ਨਹੀਂ ਹੋ ਸਕਦਾ, ਜਿੰਨਾ ਚਿਰ ਅਰਥਬੋਧ ਨਹੀਂ ਹੈ ਪਾਠ ਅੰਤਰ ਕਿਵੇਂ ਠੀਕ ਹੋਜੂਗਾ। ਜਿਹੜੇ ਸੋਚਦੇ ਨੇ ਮੇਰਾ ਖਿਆਲ ਦਿਮਾਗ ਖਰਾਬ ਹੈ ਉਹਨਾਂ ਦਾ, ਇਹ ਤਾਂ ਕਰਨਾ ਨਹੀਂ ਚਾਹੁੰਦੇ, ਇਹ ਆਪਣੇ ਆਪ ਨੂੰ ਜ਼ਾਹਰ ਨਹੀਂ ਕਰਨਾ ਚਾਹੁੰਦੇ ਵੀ ਅਸੀਂ ਥੱਲੇ ਆ ਜਾਵਾਂਗੇ ਅਰਥਬੋਧ ਦੇ ਵਿੱਚ। ਉਹ ਝਗੜਾ ਰੱਖਣਾ ਚਾਹੁੰਦੇ ਨੇ ਵਿਦਵਾਨ ਵੀ, ਸਾਡਾ ਦਾਲ ਫੁਲਕਾ ਚੱਲਦਾ ਰਹੇ, ਝਗੜਾ ਪਿਆ ਰਹੇ। ਇੱਥੋਂ ਖੜ ਗਈ ਆ, ਜਦੋਂ ਗਿਆਨ ਰੁਕ ਜਾਂਦਾ ਨਾ ਆ ਕੇ, ਜਿੱਥੇ ਆ ਕੇ ਪਾਣੀ ਰੁਕ ਗਿਆ ਉੱਥੇ ਪਾਣੀ ਖਤਮ ਹੋ ਜਾਂਦਾ ਦਰਿਆ ਦਾ।